स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड लहरा रोई इहनू तहसील जीरा पैंदी है ते जीरे दे बिलकुल नेड़ पिंड जिला फिरोजपुर है। फरीदकोट तो अमृतसर वाला रोड जिहड़ा ओ इस फार्म दे कोल दी लंघदा जिथे मैं अज वीडियो बना रहा। सो लहरा रोई पिंड दा इह फार्म खेतां दे विच बाई दा बनाया विया ते इत्थों मैं पहला भी दो तीन वीडियो बनाईयां क्योंकि फार्मां दे विच इह आ वी ग्रोथ चंगी हुंदी है बच्चों की फीमेल काफ आ जांदे ते जदों नाल कोई दो चार पशु रलदे है ते उहनां दे विचों कोई कुछ क नाग जिहड़े अगे वीर सेल कर दिंदे। तीन नाग दिखाऊंगा दोस्तों जिहदे च इक इह गां जिहड़ी सूण वाली है गब्बण है चंगा रिकॉर्ड है पता है किहड़े सीमन दी है ते किहड़ा इहदे अगे लग्गा विया क्योंकि इस फार्म दे विचों वीडियो बना रहा तुहानूं दिखा भी दिंदा। दोस्तों फार्म जिहड़ा ओह तुसीं देख सकदे हो इत्थे जिहड़ा काफ़ी सारे नाग बाई जी होरां दे रखे हुए आ दुध ते लागियां जिहड़ियां ओह गावां पूरा फार्म इत्थे बनिया विया लार्ज फार्म है ते इसे फार्म दे विचों ही अज इह वीडियो है। सो गलबात एंड तक करांगे ते सारे तिन्नां गावां बारे डिटेल पुछ लांगे। तुहानूं जिहड़ा पशु पसंद आ गया हक आ तुहाडा भी आके देखो ते तसल्ली करो तसल्ली करके खरीदो। आओ वीर नाल गलबात करिए। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸਿਓ ਵੀਰ ਆਪਣਾ ਕੀ ਹੈ? ਬਾਈ ਜੀ ਮੇਰਾ ਨਾਮ ਜਸਪਾਲ ਸਿੰਘ। ਠੀਕ ਹੈ ਜਸਪਾਲ ਬਾਈ, ਅੱਜ ਆਪਾਂ ਤਿੰਨ ਨਗ ਵੇਚਨੇ ਹੈ ਆਪਣੇ ਫਾਰਮ ਦੇ ਹੀ ਇਹ? ਹਾਂਜੀ ਹਾਂਜੀ ਆਪਣੇ ਫਾਰਮ ਦੇ। ਠੀਕ ਹੈ ਇਹ ਕਿੰਨਵਾਂ ਸੂਆ ਬੈਠ ਸੂ? ਇਹ ਦੂਜੇ ਸੂਏ ਸੂ ਰਹੀ ਹੈ ਜੀ। ਠੀਕ ਹੈ ਇਹ 40116 ਦੀ ਆ ਅੱਗੇ ਦੇ 4432 ਲੱਗਾ ਹੋਇਆ ਸੈਗ ਦਾ। ਠੀਕ ਹੈ ਦੁੱਧ ਦਾ ਰਿਕਾਰਡ ਪਹਿਲਾਂ ਦਾ? ਦੁੱਧ ਪਹਿਲੇ ਸੂਏ 30 ਤੋਂ ਪਲੱਸ ਸੀਗਾ ਜੀ ਇਹਦਾ। 30 ਕਿਲੋ ਤੋਂ ਬਾਹਰ ਦਿੱਤਾ? ਹਾਂਜੀ ਹਾਂਜੀ। ਹੁਣ ਕਿੰਨਾ ਚਿਰ ਲੈ ਜੂ ਸੂਣ ਚ? ਹੁਣ ਇਹ ਲਿਖਤੀ ਰੂਪ ਦੇ ਵਿੱਚ ਇਹਦੇ 10 ਫਰਵਰੀ ਨੂੰ ਦਿਨ ਪੂਰੇ ਹਨ। 10 ਫਰਵਰੀ ਨੂੰ ਅੱਜ 23 ਤਰੀਕ ਹੈ 7-8 ਦਿਨ ਇਹ ਆ ਤੇ 10 ਉਹ ਹਜੇ ਤਾਂ 18-20 ਦਿਨ ਪਏ ਆ ਫਿਰ। ਹਾਂਜੀ ਹਾਂਜੀ। ਠੀਕ ਹੈ ਬਾਈ ਰੇਟ ਇਹਦਾ ਕੀ ਰੱਖਾਂਗੇ? ਇਹਦਾ 1.5 ਲੱਖ ਰੁਪਏ। ਤੋਰ ਕੇ ਨੂੰ? ਹਾਂਜੀ। ਸੋ ਦੱਸੋ 1.5 ਲੱਖ ਰੁਪਇਆ ਡਿਮਾਂਡ ਹੈ 30 ਕਿਲੋ ਤੋਂ ਬਾਹਰ ਦੁੱਧ ਪਹਿਲਾਂ ਨੇ ਪਾਇਆ ਦੂਜਾ ਸੂਆ ਇਸ ਗਾਂ ਨੇ ਸੂਣਾ ਹੈ 10 ਫਰਵਰੀ ਨੂੰ 9 ਮਹੀਨੇ ਪੂਰੇ ਕਰਦੀ ਹੈ ਕੱਦ ਵੀ ਚੰਗਾ ਵੇਲ ਵੀ ਚੰਗੀ ਹੈ ਚੰਗੀ ਸੰਭੀ ਹੋਈ 40116 ਦੀ ਤੇ 40432 ਨੰਬਰ ਸੈਗ ਦਾ ਜਿਹੜਾ ਹਸੀਮਨ ਇਹਦੇ ਲੱਗਾ ਹੋਇਆ ਪ੍ਰੋਪਰ ਰਿਕਾਰਡ ਹੈ। ਹਵਾਨਾ ਕਾਫੀ ਤਕੜਾ ਬਣਾਉਣਾ ਇਹਨੇ ਹਜੇ ਸਟਾਰਟਿੰਗ ਹੈ ਹਵਾਨੇ ਦੀ ਹਾਲਾਂਕਿ ਹਜੇ 18 ਦਿਨ ਪੂਰੇ ਹੋਣ 'ਚ ਹੀ ਪਏ ਆ। ਸੋ 18 ਤੋਂ 20 ਦਿਨ ਲਊਗੀ ਜਿਹਨੂੰ ਕੱਚੀ ਪਸੰਦ ਆਉਂਦੀ ਹੈ ਉਹ ਵੀਰ ਸੰਪਰਕ ਕਰ ਸਕਦਾ ਡਿਮਾਂਡ ਜਿਹੜੀ ਉਹ 1.5 ਲੱਖ ਰੁਪਇਆ। ਸੋ ਬਾਕੀ ਮੌਕੇ 'ਤੇ ਕੁਛ ਮਾਨਤਾਨ ਵੀ ਹੋ ਜੂਗਾ ਵੱਡੀ ਗਾਂ ਇਹ ਜਿਹਨੂੰ ਪਸੰਦ ਆਵੇ ਤਾਂ ਨੰਬਰ ਬਾਈ ਦਾ ਮੈਂ ਸਕਰੀਨ 'ਤੇ ਚਲਾ ਦੇਣਾ। ਹਵਾਨਾ ਬਿਲਕੁਲ ਪਤਲਾ ਦਿਸਦਾ ਅਤੇ ਹਜੇ ਟਾਈਮ ਇਸ ਗਾਂ ਦਾ ਪਿਆ ਸੂਣ ਦੇ ਵਿੱਚ ਥਨ ਦਾ ਸਾਈਜ ਹੱਥੀਂ ਚਵਾਈ ਵਾਸਤੇ ਵੀ ਚੰਗਾ ਹਵਾਨੇ 'ਤੇ ਨਾੜਾਂ ਵੀ ਤੁਸੀਂ ਦੇਖੋਗੇ ਸੋਹਣੀਆਂ ਕੱਢੂਗੀ। ਸੋ ਇਹ ਪਹਿਲੇ ਨੰਬਰ 'ਤੇ ਇਹ ਤੋਂ ਬਾਅਦ 'ਚ ਇੱਕ ਐਚ ਐਫ ਦੇ ਪੇਟੋਂ ਪੈਦਾ ਹੋਈ ਜਰਸੀ ਤੁਹਾਨੂੰ ਦਿਖਾਉਣਾ ਬਈ ਇਹ ਐਚ ਐਫ ਗਾਂ ਦੇ ਸੀਮਨ ਲੱਗਾ ਸੀ? ਹਾਂਜੀ ਇਹਦੀ ਮਾਂ ਜਿਹੜੀ ਉਹ ਅਕਸ਼ੇ ਦੀ ਸੀ ਜੀ ABS ਦਾ ਅਕਸ਼ੇ ਸੀਮਨ ਸੀਗਾ। ਠੀਕ ਹੈ ਤੇ ਇਹ ਆਪ 5000 ਬਾੜਦੀ ਆ। ਠੀਕ ਹੈ ਅੱਗੇ ਦੇ 40138 ਲੱਗਾ ਹੈ ਅੱਗੇ ਇਹਦੇ ਜਰਸੀ ਲੱਗਾ ਫਿਰ। ਹਾਂਜੀ ਠੀਕ ਹੈ ਕਿੰਨੀ ਤਰੀਕ ਨੂੰ ਦਿਨ ਪੂਰੇ ਕਰਦੀ? ਇਹਦੇ 5 ਫਰਵਰੀ ਨੂੰ। 5 ਫਰਵਰੀ ਨੂੰ? ਹਾਂਜੀ। ਤਿਆਰੀ ਅੱਜ ਵੀ ਇਹਦੀ ਸੋਹਣੀ ਹੈ ਦੰਦੋ ਕਿਵੇਂ ਇਹ? ਇਹ ਦੰਦੋ ਖੀਰੀ ਆ ਜੀ। ਇਹਦਾ ਰੇਟ ਕੀ ਰੱਖਾਂਗੇ ਭਾਈ? ਇਹਦਾ 90000। ਠੀਕ ਹੈ ਸੋ ਦੋਸਤੋ ਡਿਮਾਂਡ 90000 ਦੀ ਹੈ ਜਰਸੀ ਵਾਲਾ ਕੱਦ ਘਾਟ ਆ ਗਿਆ ਐਚ ਐਫ ਦੇ ਸੀਮਨ ਦੀ ਗਾਂ ਸੀ ਇਹਦੀ ਮਾਂ ਜਿਹੜੀ ਅਕਸ਼ੇ ਦੀ ਤੇ ਇਹ ਆਪ ਜਿਹੜਾ 50062 5062 ਜਿਹੜਾ ਸੀਮਨ ਹੈ ਉਹਦੀ ਇਹ ਵੱਛੀ 40138 ਤੋਂ ਪ੍ਰੈਗਨੈਂਟ ਹੈ 5 ਤਰੀਕ ਨੂੰ ਦਿਨ ਪੂਰੇ ਹੁੰਦੇ ਤੋਰ ਦਿਓ ਬਾਈ 90000 ਰੇਟ ਹੈ ਦੰਦੋ ਖੀਰੀ ਹੈ ਐਚ ਐਫ ਤੇ ਜਰਸੀ ਦੋਨਾਂ ਨਸਲਾਂ ਦਾ ਸੁਮੇਲ ਹੈ 90000 ਇਹਦਾ ਰੇਟ ਬਾਈ ਨੇ ਕੀਤਾ ਦੰਦੋ ਖੀਰੀ ਸੰਭੀ ਬਹੁਤ ਸੋਹਣੀ ਹੈ ਤੁਰੂਗੀ ਮਸਤੀ ਨਾਲ ਹੀ ਕਿਉਂਕਿ ਸਾਰੇ ਜਾਣਦੇ ਹੋ ਫਾਰਮਾਂ 'ਚ ਖੁੱਲ੍ਹੀਆਂ ਹੀ ਰਹਿੰਦੀਆਂ। ਹਵਾਨਾ ਦੱਸੋ ਅੱਜ ਵੀ ਤਿਆਰੀ ਸੋਹਣੀ ਹੈ ਹਜੇ ਹਾਲਾਂਕਿ ਟਾਈਮ ਇਹਦਾ ਪਿਆ ਹੱਕ ਦੇ ਵੀਰੇ ਸੋਟੀ ਨਾ ਹੱਕ ਦੇ ਭਾਵੇਂ ਕੋਈ। ਸੋ ਤੁਹਾਨੂੰ ਤੋਰ ਕੇ ਦਿਖਾ ਰਹੇ ਹਾਂ ਹਾਲਾਂਕਿ ਇਹ ਖੁੱਲ੍ਹੀਆਂ ਰਹਿੰਦੀਆਂ ਆਜ਼ਾਦ ਹੁੰਦੀਆਂ ਜਦੋਂ ਇੱਦਾਂ ਰੱਸੇ ਪਾਉਣੇ ਆ ਤਾਂ ਉਹਦੇ ਨਾਲ ਇਹ ਤੁਰਦੀਆਂ ਨਹੀਂ ਮੋੜ ਲਾ ਬਸ ਬਾਈ ਬਹੁਤਾ ਕੋਈ ਗੱਲ ਨਹੀਂ। ਸੋ ਇਹ ਵੱਛੀ ਦੋਸਤੋ ਸੋਹਣੀ ਵੱਛੀ ਹੈ ਜਰਸੀ ਅਤੇ ਐਚ ਐਫ ਮਿਕਸ ਜੀ ਬਰੀਡ ਜਰਸੀ ਦਾ ਸੀਮਨ ਲਵਾਉਂਦੇ ਰਹੋਗੇ ਤਾਂ ਬੱਚੇ ਜਰਸੀ 'ਚ ਪਾਉਣ ਲੱਗ ਪੂਗੀ ਕਿਉਂਕਿ ਆਪ ਇਹਦਾ ਢਾਂਚਾ ਜਿਹੜਾ ਸਾਰਾ ਜਰਸੀ ਵਾਲਾ ਆ ਗਿਆ ਰੰਗ ਇਹਦੇ ਜ਼ਰੂਰ ਐਚ ਐਫ ਵਾਲਾ ਸੋ ਸਟਰਕਚਰ ਇੱਥੋਂ ਤੁਸੀਂ ਦੇਖ ਸਕਦੇ ਹੋ। ਸੋ ਇਹ ਕ੍ਰੋਸ ਬਰੀਡ 'ਚ ਪੈਂਦੀ ਗਾਂ ਫੋਰ ਸੇਲ ਹੈ ਇਹ ਤੋਂ ਅੱਗੇ ਇੱਕ ਬੈਡ ਪਿਓਰ ਐਚ ਐਫ ਨਸਲ ਦੀ ਦਿਸਦੀ ਹੈ ਇਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲੈਂਦੇ ਹਾਂ। ਜਸਪਾਲ ਬਾਈ ਇਹ ਦੰਦੋ ਕਿਵੇਂ ਹੈ ਬੈਡ? ਇਹ ਦੋਂਦੀ ਹੈ ਜੀ। ਦੋ ਦੰਦ ਹੈ? ਹਾਂਜੀ। ਕਿਹੜੇ ਸੀਮਨ ਦੀ ਹੈ?
ਇਹ ਆਪ ਚੈਂਪੀਅਨ ਦੀ ਹੈ ਜੀ। ਇਹਦੀ ਮਦਰ ਜਿਹੜੀ ਉਹ ਫਸਟ ਦੀ ਸੀਗੀ। ਠੀਕ ਹੈ, ਹਾਂਜੀ। ਮਿਲਕ ਰਿਕਾਰਡ ਕੀ ਸੀ ਇਹਦੀ ਮਦਰ ਦਾ? ਇਹਦੀ ਮਦਰ ਦਾ ਦੂਜੇ ਸੂਏ ਦਾ ਰਿਕਾਰਡ ਸੀਗਾ ਜੀ 35+। ਠੀਕ ਹੈ। ਤੀਜੇ ਸੂਏ ਉਹ ਗੱਬਣ ਸੀ ਐਤਕੀ ਜਦੋਂ ਲੰਪੀ ਆਈ। ਠੀਕ ਹੈ, ਤੇ ਵਿਚਾਰੀ ਮਤਲਬ ਮਰ ਗਈ ਸੀਗੀ। ਅੱਛਾ, ਠੀਕ ਹੈ। ਅੱਛਾ, ਇਹਦੇ ਹੁਣ ਸੀਮਨ ਕਿਹੜਾ ਲੱਗਾ? ਇਹਦੇ PDFA ਦਾ ਸੀਗਾ, ਅਡਿਆਗੋ ਪੀ। ਠੀਕ ਹੈ, ਹਾਂਜੀ, ਉਹ ਸੀਮਨ ਤੋਂ ਗੱਬਣ ਹੈ। ਹਾਂਜੀ। ਕਿੰਨੀ ਤਰੀਕ ਨੂੰ ਦਿਨ ਪੂਰੇ ਹੁੰਦੇ ਆ? ਇਹਦੇ ਵੀ 10 ਫਰਵਰੀ ਨੂੰ ਆ ਜੀ। ਠੀਕ ਹੈ, 18-20 ਦਿਨ ਇਹਦੇ ਵੀ ਹਜੇ ਪਏ। ਹਾਂਜੀ, ਹਾਂਜੀ। ਇਹਦਾ ਰੇਟ ਕੀ ਰੱਖਾਂਗੇ? ਇਹਦਾ ਵੀ 1.5 ਲੱਖ। ਠੀਕ ਹੈ। ਸੋ ਦੋਸਤੋ, ਪ੍ਰੋਪਰ ਰਿਕਾਰਡ ਵੀਰ ਨੇ ਤੁਹਾਨੂੰ ਇਹਦਾ ਦੱਸਤਾ। ਚੈਂਪੀਅਨ ਬੁੱਲ ਦੀ ਇਹ ਧੀ ਆ, ਅਡਿਆਗੋ ਪੀ। PDFA ਦਾ ਸੀਮਨ ਇਹਦੇ ਲੱਗਾ। 10 ਫਰਵਰੀ ਨੂੰ ਦਿਨ ਪੂਰੇ ਕਰਦੀ ਹੈ। ਦਿਨ ਹਜੇ 18-20 ਪਏ ਆ। 2 ਦੰਦ ਵੱਛੀ, ਕੱਦ ਕਾਠ ਚੰਗਾ, ਵੇਲ ਚੰਗੀ ਹੈ, ਹਵਾਨਾ ਬਹੁਤ ਸੋਹਣਾ ਬਣਾ ਰਹੀ ਹੈ, ਉਹ ਤੁਸੀਂ ਦੇਖ ਹੀ ਸਕਦੇ ਹੋ। ਹਾਈਟ ਲੈਂਥ ਫੁੱਲ ਹੈ ਇਹਦੀ। ਮਦਰ ਮਿਲਕ ਰਿਕਾਰਡ ਬਾਈ ਨੇ ਦੱਸਦਾ ਵੀ ਦੂਜੇ ਸੂਏ 'ਚ 35 ਕਿਲੋ ਤੋਂ ਬਾਹਰ ਹੋ ਗਈ ਸੀ, ਤੀਜੇ ਸੂਏ ਦੇ ਵਿੱਚ ਜਿਹੜੀ ਲੰਪੀ ਬਿਮਾਰੀ ਚੱਲੀ ਆ ਉਹਦੀ ਚਪੇਟ 'ਚ ਉਹ ਗਾਂ ਆ ਗਈ ਸੀ। ਸੋ ਇਹ ਵੈਡ ਜਿਹੜੀ ਫੋਰ ਸੇਲ, 1.5 ਲੱਖ ਇਹਦੀ ਡਿਮਾਂਡ ਹੈ। 3 ਗਾਵਾਂ ਦੋਸਤੋ ਵੀਰ ਨੇ ਵਿਕਾਊ ਕੀਤੀਆਂ। ਰੇਟ ਤੁਹਾਨੂੰ ਵੀਡੀਓ 'ਚ ਇਸ ਲਈ ਕਰਤਾ ਵੀ ਜਿਹੜਾ ਇਸ ਰੇਟ ਦੇ ਹਿਸਾਬ 'ਤੇ ਪਸੰਦ ਕਰਦਾ ਉਹ ਵੀਰ ਸੰਪਰਕ ਬਾਈ ਨਾਲ ਕਰ ਸਕਦਾ। ਹਾਲਾਂਕਿ ਮੈਨੂੰ ਜਿੱਥੋਂ ਤੱਕ ਇਹ ਲੱਗਦਾ ਵੀ ਜਿਵੇਂ ਮਹਾਰਾਸ਼ਟਰ ਤੋਂ ਗਾਹਕ ਇੱਥੇ ਆਏ ਹੋਏ ਆ, ਇਹ ਉਹਨਾਂ ਦੀ ਪਸੰਦ ਦੀਆਂ ਗਾਵਾਂ। ਪੇਮੈਂਟ ਵੀ ਚੰਗੀ ਇਨਵੈਸਟ ਕਰਦੇ ਆ ਅਤੇ ਚੰਗੇ ਜਿਹੜਾ ਪਸ਼ੂ ਨੂੰ ਹੱਥ ਵੀ ਵੱਧ ਉਹ ਵੀਰ ਪਾਉਂਦੇ ਆ। ਸੋ ਬਾਕੀ ਜੇ ਕੋਈ ਵੀਰ ਤੁਸੀਂ ਸਮਝਦੇ ਹੋ ਇਹਨੂੰ ਚੰਗੀ ਲੱਗਦੀ ਹੈ, ਪਸੰਦ ਆਉਂਦਾ ਕੋਈ ਵੀ ਨਗ, ਤਾਂ ਨੰਬਰ ਜਿਹੜਾ ਉਹ ਵੀਰ ਦਾ ਸਕਰੀਨ 'ਤੇ ਚੱਲੀ ਜਾਂਦਾ। 3 ਨਗ ਵਿਕਾਊ, ਪ੍ਰੋਪਰ ਰਿਕਾਰਡ ਵਾਲੇ ਆ, ਮਾਂ ਵਾਲੇ ਪੱਖ ਤੋਂ ਵੀ ਅਤੇ ਪਿਓ ਵਾਲੇ ਪੱਖ ਤੋਂ ਵੀ। ਸੋ ਅੱਜ ਦੀ ਵੀਡੀਓ 'ਚ ਇਹੀ ਨਗ ਸੀ। ਧੰਨਵਾਦ, ਵੀਡੀਓ ਦੇਖਾਂਗੇ।